ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਫਿਰੋਜ਼ਪੁਰ ਵਿੱਚ ਵੱਡੀ ਰੈਲੀ ਕਰਨ ਜਾ ਰਹੇ ਨੇ ਅਤੇ ਐਸੇ ਜਗ੍ਹਾ ਦੇ ਉੱਤੇ ਸੈਟੇਲਾਈਟ ਸੈਂਟਰ ਅਤੇ ਪੀਜੀਆ ਦਾ ਸ਼ੁਭਾਰੰਭ ਵੀ ਹੋਣਾ ਹੈ ਤੁਹਾਨੂੰ ਰੈਲੀ ਗਰਾਊਂਡ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਇੱਥੇ ਵੇਖ ਸਕਦੇ ਹੋ ਬਹੁਤ ਲੰਮਾ ਚੌੜਾ ਇੱਕ ਗਰਾਊਂਡ ਜਿਹੜਾ ਹੈਗਾ ਉਹ ਇੱਥੇ ਤਿਆਰ ਕੀਤਾ ਜਾ ਰਿਹਾ ਹੈ ਅਤੇ ਤੁਹਾਨੂੰ ਦੱਸ ਦੇ ਕਿ ਕੋਸ਼ਨਾ ਤੋਂ 6 ਸਾਲ ਬਾਅਦ ਪੀਜੀਆਈ ਸੈਟੇਲਾਈਟ ਸੈਂਟਰ ਦਾ ਜਿਹੜਾ ਹੈਗਾ ਨੀ ਪੱਥਰ 5 ਜਨਵਰੀ ਨੂੰ ਫਿਰੋਜ਼ਪੁਰ ਵਿੱਚ ਰੱਖਿਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਇੱਥੇ ਤਿਆਰੀਆਂ ਜੋ ਨੇ ਉਹ ਕਿਸ ਤਰ੍ਹਾਂ ਕੰਨ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਲੈ ਕੇ ਲਗਾਤਾਰ ਜੋ ਕਾਰਜਕਰਤਾ ਨੇ ਅਤੇ ਜੋ ਵਰਕਰ ਨੇ ਉਹ ਡਟੇ ਹੋਏ ਨੇ ਅਤੇ ਸਟੇਜ ਦੀ ਜਿਹੜੀ ਕਾਰਵਾਈ ਹੈ ਉਹ ਇੱਥੇ ਤੁਹਾਨੂੰ ਦਿਖਾਈ ਦੇਵੇਗੀ ਕਿ ਸਟੇਜ ਇੱਥੇ ਜਿਹੜੀ ਹੈਗੀ ਆ ਉਹ ਲਗਣੀ ਹੈ ਅਤੇ ਉਸ ਦੀਆਂ ਤਿਆਰੀਆਂ ਜੋ ਨੇ ਉਹ ਇੱਥੇ ਕਿਤਿਆਂ ਚੱਲ ਰੀਆਂ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਥੇ ਕਿ ਕਰੀਬ ਤੁਹਾਨੂੰ ਦੱਸ ਦਈਏ ਕਿ 25 ਏਕੜ ਦੀ ਜਿਹੜੀ ਜਗ੍ਹਾ ਸੀਗੀ ਆ ਜਿਸ ਨੂੰ ਕਿ ਸੈਟੇਲਾਈਟ ਸੈਂਟਰ ਲਈ ਮਨਜ਼ੂਰੀ ਜਿਹੜੀ ਹੈ ਪੀਜੀਆ ਨੂੰ ਦਿੱਤੀ ਗਈ ਸੀਗੀ ਉਸ ਜਗ੍ਹਾ ਦੀ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਰੈਲੀ ਵੀ ਹੋਣੀ ਹੈ ਕਾਫੀ ਵੱਡਾ ਗਰਾਊਂਡ ਜਿਹੜਾ ਹੈਗਾ ਉਹ ਤਿਆਰ ਕੀਤਾ ਜਾ ਰਿਹਾ ਹੈ ਕਾਫੀ ਵੱਡੀ ਗਿੰਤੀ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਟਰੈਕਟਰਸ ਜੋ ਨੇ ਉਹਨਾਂ ਦੇ ਨਾਲ ਗਰਾਊਂਡ ਨੂੰ ਸਮਤਲ ਕਰਨ ਦੀ ਜਿਹੜੀ ਪ੍ਰਕਿਰਿਆ ਹੈਗੀ ਹੈ ਉਹ ਇੱਥੇ ਲਗਾਤਾਰ ਜਾਰੀ ਹੈ ਤਾਂ ਤੁਹਾਨੂੰ ਦੱਸ ਦੇ ਕਿ ਸੈਟਲਾਈਟ ਸੈਂਟਰ ਬਾਰੇ ਗੱਲ ਕਰੀਏ ਤਾਂ ਜੂਨ 2019 ਨੂੰ ਪੀਜੀ ਸੈਟਲ ਪੀਜੀਆਈ ਸੈਟਲਾਈਟ ਸੈਂਟਰ ਨੂੰ ਅਪਰੂਵ ਮਿਲੀ ਸੀ ਅਤੇ ਬਜਟ ਦੇ ਲਈ ਸਰਕਾਰ ਨੇ ਮਨਜ਼ੂਰੀ ਵੀ ਦੇ ਦਿੱਤੀ ਸੀ ਅਤੇ ਇਸ ਤੋਂ ਪਹਿਲੇ ਪੰਜਾਬ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ 2015 ਵਿੱਚ ਫਿਰੋਜ਼ਪੁਰ ਅਤੇ ਸੰਗਰੂਰ ਨੇ ਸੰਗਰੂਰ ਵਿੱਚ ਪੀਜੀਆ ਸੈਟੇਲਾਈਟ ਸੈਂਟਰ ਜਿਹੜੇ ਹੈ ਇਹਨਾਂ ਨੂੰ ਬਣ ਦੀ ਮਨਜ਼ੂਰੀ ਦਿੱਤੀ ਸੀ ਅਤੇ 2000 2017 ਵਿੱਚ ਇਹ ਪੂਰਾ ਮਾਮਲਾ ਜਿਹੜਾ ਹੈਗਾ ਇਹ ਠੰਡੇ ਬਸਤੇ ਵਿੱਚ ਪੈ ਗਏ ਸੀ 18 ਵਿੱਚ ਮੁਰ ਤੋਂ ਇਸ ਦੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋਈ ਅਤੇ ਆਖਿਰਕਾਰ ਜਿਹੜਾ ਨਵਾਂ ਸਾਲ ਹੈ ਉਹ ਵੱਡੀ ਖੁਸ਼ਖਬਰੀ ਲੈ ਕੇ ਆ ਰਿਹਾ ਹੈ ਕਿ ਜੋ ਸੈਟੇਲਾਈਟ ਸੈਂਟਰ ਪੀਜੀਆ ਸੈਂਟਰ ਜਿਹੜਾ ਬਣਨਾ ਹੈਗਾ ਉਸ ਦਾ ਨੀ ਪੱਤਰ ਦਾ ਸ਼ੁਭ ਆਰਮ ਜਿਹੜਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹ ਇੱਥੇ ਕਰਨ ਲਈ ਆ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਥੇ ਕਿ ਤਸਵੀਰਾਂ ਇੱਥੇ ਸਟੇਜ ਲੱਗ ਰਿਹਾ ਹੈ ਤੇ ਜੋ ਸਾਹਮਣੇ ਦੀਵਾਰ ਹੈਗੀ ਆ ਦੇਖ ਰਹੇ ਹੋ ਇਸ ਦੇ ਬਿਲਕੁਲ ਪਿਛਲੀ ਸਾਈਡ ਦੀ ਗੱਲ ਬਾਤ ਕਰੀ ਜਾਵੇ ਤਾਂ ਉੱਥੇ ਜਿਹੜਾ ਹੈਗਾ ਹੈਲੀਪੈਡ ਦੱਸਿਆ ਜਾ ਰਿਹਾ ਹੈ ਕਿ ਇੱਥੇ ਬਣ ਕੇ ਤਿਆਰ ਹੋਣਾ ਜਿੱਥੇ ਕਿ ਹੈਲੀਕਾਪਟਰ ਜੋ ਨੇ ਉਹ ਉੱਥੇ ਲੈਂਡ ਕਰਨਗੇ ਅਤੇ ਗਰਾਊਂਡ ਦੀ ਗੱਲ ਕਰੀਏ ਤਾਂ ਬੀਜੇਪੀ ਵੱਲੋਂ ਇੱਕ ਦਾਵਾ ਕੀਤਾ ਗਿਆ ਹੈ ਕਿ 5 ਲੱਖ ਦੇ ਕਰੀਬ ਜੋ ਪੀੜ ਹੈ ਉਹ ਇੱਥੇ ਇਕੱਠਾ ਹੋਵੇਗੀ ਜਿਸ ਨੂੰ ਲੈ ਕੇ ਕੇ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਪੂਰੇ ਪ੍ਰਦੇਸ਼ ਦੀ ਬੀਜੇਪੀ ਕਾਰਜਕਾਰਨੀ ਜਿਹੜੀ ਹੈਗੀ ਆ ਚਾਹੇ ਜੋ ਪ੍ਰਦੇਸ਼ ਦੇ ਪੰਜਾਬ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਨਾਲ ਗੱਲਬਾਤ ਕੀਤੀ ਜਾਵੇ ਆ ਹੋਰ तमाम ਜੋ ਲੀਡਰਸ ਨੇ ਉਹ ਇਸ ਵਕਤ ਫਿਰੋਜ਼ਪੁਰ ਵਿੱਚ ਜਮਾਵੜਾ ਜਮਾਏ ਹੋਏ ਨੇ ਅਤੇ ਤਿਆਰੀਆਂ ਜੋ ਨੇ ਉਹ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦੇ ਕਿ ਇਲੈਕਸ਼ਨ ਨੂੰ ਲੈ ਕੇ ਇਹ ਜੋ ਰੈਲੀ ਹੈਗੀ ਹੈ ਬੜੀ ਹੀ ਅਹਿਮ ਹੋ ਸਕਦੀ ਹੈ ਹਾਲਾਂਕਿ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੋ ਆਗਮਨ ਹੈਗਾ ਹੈ ਉਹ ਪੀਜੀਆਈ ਸੈਂਟਰ ਸੈਟੇਲਾਈਟ ਸੈਂਟਰ ਜੋ ਬਣਨਾ ਹੈ ਉਸ ਨੂੰ ਨੀ ਪੱਥਰ ਉਸ ਦਾ ਜੋ ਸ਼ੁਭਰਮ ਹੋਣਾ ਹੈ ਉਸ ਨੂੰ ਲੈ ਕੇ ਹੈਗਾ ਤੇ ਚੋਣਵੀਂ ਰੈਲੀ ਐਸ ਲਈ ਵੀ ਕਿਹਾ ਜਾ ਸਕਦਾ ਹੈ ਕਿ ਹੁਣ ਪੰਜਾਬ ਵਿੱਚ ਇਲੈਕਸ਼ਨ ਨੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਤੇ ਭਾਜਪਾ ਦੀ ਗੱਲ ਕਰੀਏ ਤਾਂ ਵੱਡੇ ਲੀਡਰ ਜੋ ਨੇ ਉਹ ਲਗਾਤਾਰ ਬੀਜੇਪੀ ਦੇ ਸੰਪਰਕ ਵਿੱਚ ਨੇ ਕਾਫੀ ਵੱਡੇ ਵੱਡੇ ਲੀਡਰ ਜੋ ਨੇ ਉਹ ਬੀਜੇਪੀ ਵਿੱਚ ਸ਼ਾਮਿਲ ਹੋ ਰਹੇ ਨੇ ਫਿਲਹਾਲ ਦੀ ਗੱਲ ਕਰੀਏ ਤਾਂ ਜੋ ਇੱਥੇ ਲੀਡਰਸ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਰੈਲੀ ਨੂੰ ਲੈ ਕੇ ਪੂਰਨ ਤੌਰ ਤੇ ਤਿਆਰ ਯਕੀਨ ਨੇ ਰੋਡ ਮੈਪ ਜਿਹੜਾ ਹੈਗਾ ਉਹ ਕਿਸ ਤਰੀਕੇ ਦਾ ਤਿਆਰ ਕੀਤਾ ਗਿਆ ਹੈ ਫਿਰੋਜ਼ਪੁਰ ਤੋਂ ਕੈਮਰਾਪਰਸ ਰਾਜੇਸ ਬਾਗੜੀ ਦੇ ਨਾਲ ਸੁਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਜਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜੇ ਕਹੜੇ ਤਬਾਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ

ਹੁਣੇ ਕਾਲ ਕਰੋ ਬਾਬਾ सलीम ਖਾਨ 9819937460